ਦੇ ਆਦੀ ਹੁੰਦੇ ਆ, ਭਾਵੇਂ ਰਾਤ ਦਾ ਹੋਵੇ ਭਾਵੇਂ ਦਿਨ ਦਾ ਹੋਵੇ। ਇਹਨੂੰ ਅਸੀਂ ਪਲੱਗਇਨ ਕੀਤਾ ਇਹ ਗੱਲ ਨੂੰ ਕਿ 1 ਤੋਂ 4 ਰਾਤ ਨੂੰ ਵੀ ਸਾਡੀਆਂ ਗਸ਼ਤਾਂ ਜਾਂਦੀਆਂ ਅਤੇ ਦਿਨੇ ਵੀ। ਅੱਜ ਦਿਨੇ ਜਦੋਂ ਇੱਥੇ ਨਡਿਆਲੀ ਟੀ ਪੁਆਇੰਟ 'ਤੇ ਨਾਕਾ ਲੱਗਾ ਹੋਇਆ ਸੀ ਅਤੇ ਇੱਕ ਟਰੱਕ ਆਇਆ ਜਿਹਦੇ ਵਿੱਚ 250 ਪੇਟੀ ਦਾਰੂ ਜਿਹੜੀ ਫੜੀ ਹੈ, ਵੱਖਰੇ ਵੱਖਰੇ ਮਾਰਕ ਹੈ ਔਲ ਸੀਜ਼ਨ ਅਤੇ ਮਕਡਾਵਲ, ਅਤੇ 250 ਪੇਟੀਆਂ ਟੋਟਲ ਫੋਰ ਸੇਲ ਇਨ ਚੰਡੀਗੜ੍ਹ ਉਸ ਟਰੱਕ 'ਚੋਂ ਬਰਾਮਦ ਹੋਈ ਹੈ। ਸਰ ਕਿੱਥੇ ਲੈ ਕੇ ਚੱਲੇ ਸੀ? ਇਹਦੇ ਇਹਦੇ ਵਿੱਚ ਜਿਹੜਾ ਹੈ ਇਹ ਬੰਸੀ ਲਾਲ ਪੁੱਤਰ ਅਜੀਤ ਸਿੰਘ ਹੈ ਗੁਹਾਣਾ ਦਾ, ਸੋਨੀਪਤ ਦਾ, ਜੋ ਇਹ ਡਰਾਈਵਰ ਲੈ ਕੇ ਜਾ ਰਿਹਾ ਸੀ। ਇਹਨਾਂ ਦਾ ਜਿਹੜੇ ਮੇਨ ਕੀ ਕਹਿੰਦੇ ਇਹਦੇ ਦਾਰੂ ਦੇ ਤਸਕਰ ਹੈ, ਉਹ ਹਮੇਸ਼ਾ ਹੀ ਇਕੱਲਾ ਡਰਾਈਵਰ ਨੂੰ ਗੱਡੀ ਦੇ ਕੇ ਭੇਜ ਦਿੰਦੇ ਹੈ। ਅਤੇ ਇਹਦੇ 'ਤੇ ਅਸੀਂ ਇਹਦੀ ਜਦੋਂ ਮੇਨ ਪੁੱਛਗਿੱਛ ਕਰਾਂਗੇ ਉਹਦੇ ਵਿੱਚ, ਕਿਉਂਕਿ ਇੱਕ ਡਰਾਈਵਰ ਐਡੀ ਵੱਡੀ ਮਕਦਾਰ ਦੇ ਵਿੱਚ ਦਾਰੂ ਨਹੀਂ ਲੈ ਕੇ ਜਾ ਸਕਦਾ। ਸੋ ਇਹਦੇ ਹਾਂਜੀ ਦੇਖਿਆ ਜਾਏ ਕਿ ਇਹ ਇਸੇ ਇਹ ਅਜੇ ਅਜੇ ਤਾਜ਼ਾ ਹੀ ਘਟਨਾ ਹੈ ਅਤੇ ਇਹਦੇ ਵਿੱਚ ਅਸੀਂ ਇਹਦੀ ਕੀ ਕਹਿੰਦੇ ਅਰੈਸਟ ਤੋਂ ਬਾਅਦ ਇਹਦੀ ਮਜੀਦ ਪੁੱਛਗਿੱਛ ਅਤੇ ਸਾਨੂੰ ਜਿਹੜੀ ਵੀ ਗੱਲ ਸਾਹਮਣੇ ਆਊਗੀ ਉਹਦੇ ਬਾਰੇ ਤੁਹਾਨੂੰ ਦੱਸ ਦਿੱਤਾ ਜੀ। ਇਹ ਇਹੀ ਇਹੀ ਇਹਨਾਂ ਦਾ ਸਿਸਟਮ ਹੁੰਦਾ ਵੀ ਇਹਨੂੰ ਥੱਲੇ ਪੇਟੀਆਂ ਰੱਖ ਕੇ ਉੱਤੇ ਵੱਖ ਵੱਖ ਚੀਜ਼ਾਂ ਨਾਲ ਕਵਰ ਕਰ ਲੈਂਦੇ ਆ। ਨਹੀਂ ਅਜੇ ਇਹਦੇ 'ਤੇ ਅਸੀਂ ਇਹਦੀ ਅਜੇ ਕੀ ਕਹਿੰਦੇ ਅਜੇ ਹੁਣੇ ਹੀ ਇਨਵੈਸਟੀਗੇਸ਼ਨ ਚੱਲ ਹੀ ਰਹੀ ਹੈ ਅਤੇ ਇਹਦੀ ਜਦੋਂ ਅਸੀਂ ਸਾਰੀ ਡਿਟੇਲਿੰਗ ਕਰਾਂਗੇ ਤਾਂ ਉਹਦੇ 'ਚ ਤੁਹਾਨੂੰ ਇਹਦੇ ਬਾਰੇ ਜ਼ਰੂਰ ਦੱਸਾਂਗੇ। ਦੇ ਆਦੀ ਹੁੰਦੇ ਆ, ਭਾਵੇਂ ਰਾਤ ਦਾ ਹੋਵੇ ਭਾਵੇਂ ਦਿਨ ਦਾ ਹੋਵੇ। ਇਹਨੂੰ ਅਸੀਂ ਪਲੱਗਇਨ ਕੀਤਾ ਇਹ ਗੱਲ ਨੂੰ ਕਿ 1 ਤੋਂ 4 ਰਾਤ ਨੂੰ ਵੀ ਸਾਡੀਆਂ ਗਸ਼ਤਾਂ ਜਾਂਦੀਆਂ ਅਤੇ ਦਿਨੇ ਵੀ। ਅੱਜ ਦਿਨੇ ਜਦੋਂ ਇੱਥੇ ਨਡਿਆਲੀ ਟੀ ਪੁਆਇੰਟ 'ਤੇ ਨਾਕਾ ਲੱਗਾ ਹੋਇਆ ਸੀ ਅਤੇ ਇੱਕ ਟਰੱਕ ਆਇਆ ਜਿਹਦੇ ਵਿੱਚ 250 ਪੇਟੀ ਦਾਰੂ ਜਿਹੜੀ ਫੜੀ ਹੈ, ਵੱਖਰੇ ਵੱਖਰੇ ਮਾਰਕ ਹੈ ਔਲ ਸੀਜ਼ਨ ਅਤੇ ਮਕਡਾਵਲ, ਅਤੇ 250 ਪੇਟੀਆਂ ਟੋਟਲ ਫੋਰ ਸੇਲ ਇਨ ਚੰਡੀਗੜ੍ਹ ਉਸ ਟਰੱਕ 'ਚੋਂ ਬਰਾਮਦ ਹੋਈ ਹੈ। ਸਰ ਕਿੱਥੇ ਲੈ ਕੇ ਚੱਲੇ ਸੀ? ਇਹਦੇ ਇਹਦੇ ਵਿੱਚ ਜਿਹੜਾ ਹੈ ਇਹ ਬੰਸੀ ਲਾਲ ਪੁੱਤਰ ਅਜੀਤ ਸਿੰਘ ਹੈ ਗੁਹਾਣਾ ਦਾ, ਸੋਨੀਪਤ ਦਾ, ਜੋ ਇਹ ਡਰਾਈਵਰ ਲੈ ਕੇ ਜਾ ਰਿਹਾ ਸੀ। ਇਹਨਾਂ ਦਾ ਜਿਹੜੇ ਮੇਨ ਕੀ ਕਹਿੰਦੇ ਇਹਦੇ ਦਾਰੂ ਦੇ ਤਸਕਰ ਹੈ, ਉਹ ਹਮੇਸ਼ਾ ਹੀ ਇਕੱਲਾ ਡਰਾਈਵਰ ਨੂੰ ਗੱਡੀ ਦੇ ਕੇ ਭੇਜ ਦਿੰਦੇ ਹੈ। ਅਤੇ ਇਹਦੇ 'ਤੇ ਅਸੀਂ ਇਹਦੀ ਜਦੋਂ ਮੇਨ ਪੁੱਛਗਿੱਛ ਕਰਾਂਗੇ ਉਹਦੇ ਵਿੱਚ, ਕਿਉਂਕਿ ਇੱਕ ਡਰਾਈਵਰ ਐਡੀ ਵੱਡੀ ਮਕਦਾਰ ਦੇ ਵਿੱਚ ਦਾਰੂ ਨਹੀਂ ਲੈ ਕੇ ਜਾ ਸਕਦਾ। ਸੋ ਇਹਦੇ ਹਾਂਜੀ ਦੇਖਿਆ ਜਾਏ ਕਿ ਚੰਡੀਗੜ੍ਹ ਇਹ ਇਸੇ ਇਹ ਅਜੇ ਅਜੇ ਤਾਜ਼ਾ ਹੀ ਘਟਨਾ ਹੈ ਅਤੇ ਇਹਦੇ ਵਿੱਚ ਅਸੀਂ ਇਹਦੀ ਕੀ ਕਹਿੰਦੇ ਅਰੈਸਟ ਤੋਂ ਬਾਅਦ
ਇਹਦੀ ਮਜੀਦ ਪੁੱਛਗਿੱਛ ਤੇ ਸਾਨੂੰ ਜਿਹੜੀ ਵੀ ਗੱਲ ਸਾਹਮਣੇ ਆਊਗੀ ਉਹਦੇ ਬਾਰੇ ਤੁਹਾਨੂੰ ਦੱਸ ਦਿੱਤਾ ਜੀ। ਇਹ ਇਹੀ ਇਹੀ ਇਹਨਾਂ ਦਾ ਸਿਸਟਮ ਹੁੰਦਾ ਵੀ ਇਹਨੂੰ ਥੱਲੇ ਪੇਟੀਆਂ ਰੱਖ ਕੇ ਉੱਤੇ ਵੱਖ ਵੱਖ ਚੀਜ਼ਾਂ ਨਾਲ ਕਵਰ ਕਰ ਲੈਂਦੇ ਆ। ਇਹਦੇ ਖਿਲਾਫ ਕੋਈ ਪਹਿਲਾਂ ਕੇਸ ਦਰਜ ਹੈ ਮੂਲੀ ਪੁੱਛਣ ਸਾਹਮਣੇ ਆਇਆ ਨਹੀਂ ਅਜੇ ਇਹਦੇ 'ਤੇ ਅਸੀਂ ਇਹਦੀ ਅਜੇ ਕੀ ਕਹਿੰਦੇ ਅਜੇ ਹੁਣੇ ਹੀ ਇਨਵੈਸਟੀਗੇਸ਼ਨ ਚੱਲ ਹੀ ਰਹੀ ਹੈ ਅਤੇ ਇਹਦੀ ਜਦੋਂ ਅਸੀਂ ਸਾਰੀ ਡਿਟੇਲਿੰਗ ਕਰਾਂਗੇ ਉਹਦੇ 'ਚ ਤੁਹਾਨੂੰ ਇਹਦੇ ਬਾਰੇ ਜ਼ਰੂਰ ਦੱਸਾਂਗੇ।